بسم اللہ الرحمن الرحیم ਤੇ ਅਸਲਾਮ ਵਾਲੇਕਮ ਅੱਜ ਦੇ ਪੰਜਾਬੀ ਵੀਲੌਗ ਚ ਸਜਣਾ ਮਿਤਰਾ ਪੈਣਾ ਭਰਾਵਾਂ ਮਾਮਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਹੁਣ ਆਉਣੇ ਅੱਜ ਦੀ ਗੱਲ ਵਾਲੇ ਪਾਸੇ ਅੱਜ ਦੀ ਗੱਲ ਹੈ ਸਰਕਾਰੀ ਹਾਜਣ ਬਾਜੀ ਆਸਮਾ ਸ਼ਰਾਜ਼ੀ ਤੇ ਸੋਸ਼ਲ ਮੀਡੀਆ ਦਾ ਫੱਡਾ ਆਈ ਦਿਨ ਤੁਸੀਂਾਂ ਟੈਲੀਵਿਜ਼ਨ ਦੇ ਉੱਤੇ ਪ੍ਰੋਗਰਾਮਾਂ ਤੇ ਜਾਂ ਟਵਿੱਟਰ ਤੇ ਤਬਸਰੇ ਵੇਖਦੇ ਹੋ ਕਿ ਪਾਕਿਸਤਾਨ ਦੇ ਵਿੱਚ ਹਰ ਬਰਾਈ ਹਰ ਗਮ ਹਰ ਭੈੜੇ ਕੰਮ ਦੀ ਜੜ੍ਹ ਤੇ ਜ਼म्मेदार سوشل میڈیا ਹੈ ਪਹਿਲੇ ਤੁਸੀਂ ਚੌਧਰੀ ਨizamdin ਦੀਆਂ ਗੱਲਾਂ ਸੁਣੋ ਤੇ ਉਹ ਵੀ ਇਹੀ ਕਹਿੰਦੇ ਨੇ ਕਿ ਪਾਕਿਸਤਾਨ ਦੇ ਵਿੱਚ तमाम ਬਰਾਈਆਂ ਦੀ ਜੜ ਜਿਹੜੀ ਨਾ ਸਾਰੀਆਂ ਬਰਾਈਆਂ ਦੀ ਉਹ سوشل میڈیا ਹੈ ਤੇ ਜਦੋਂ ਤੱਕ سوشل میڈیا ਨੂੰ ਕੰਟਰੋਲ ਨਾ ਕੀਤਾ ਉਦੋਂ ਤੱਕ ਕੰਮ ਅੱਗੇ ਨਹੀਂ ਵਧਣਾ ਜੇ ਤੁਸੀਂ ਕਾਜ਼ੀ ਫੈਜ਼ੀ ਸਾਹਿਬ ਨੂੰ ਸੁਣਦੇ ਹੋ ਤੇ ਉਹ ਵੀ ਅਦਾਲਤ ਦੇ ਵਿੱਚ ਸੋਸ਼ਲ ਮੀਡੀਆ ਦੇ ਪਿੱਛੇ ਲੱਠ ਲੈ ਕੇ ਚੜੇ ਨੇ ਲਫਾਫੇ ਸਾਹਾਫੀਆਂ ਨੂੰ ਸੁਣਦੇ ਹੋ ਤੇ ਉਹ ਵੀ ਲੱਠ ਲੈ ਕੇ ਚੜੇ ਨੇ ਸਾਡੀ ਬਾਜੀ ਹਾਜਣ ਆਸਮਾਨ ਸ਼ਰਾਦੀ ਦੀਆਂ ਭਵੇਂ ਗੱਲਾਂ ਸੁਣ ਲਓ ਤੇ ਭਵੇਂ ਕਿਸੇ ਹੋਰ ਦੀਆਂ ਸੁਣ ਲਓ ਸਾਰੇ ਲੱਠ ਲੈ ਕੇ ਸੋਸ਼ਲ ਮੀਡੀਆ ਦੇ ਪਿੱਛੇ ਪਏ ਨੇ ਇੱਥੋਂ ਤੱਕ ਹੀ ਨਹੀਂ ਬਾਜੀ ਮਰੀਮ ਦੀ ਗੱਲ ਸ਼ਬਾਸ਼ ਸ਼ੀਫ ਦੀ ਗੱਲ ਜਿਹਦੀ ਵੀ ਗੱਲ ਸੁਣੋਗੇ ਉਹ ਇੰਜ ਹੀ ਲੱਗਦਾ ਹੈ ਕਿ ਪਾਕਿਸਤਾਨ ਦੇ ਵਿੱਚ ਸਾਰੀ ਬੁਰਾਈ ਦੀ 1947 ਤੋਂ ਲੈ ਕੇ ਹੁਣ ਤੱਕ ਸੋਸ਼ਲ ਮੀਡੀਆ ਹੀ ਉਹਦਾ ਜ਼ਿੰਮੇਦਾਰ ਹੈ ਚਲੋ ਪਿੱਛੇ ਚਲੇ ਜਾਨੇ ਪੁੱਛ ਲੈਣੇ ਕਿ ਜਦੋਂ ਬਾਬਾ ਜੀ ਫੌਤ ਹੋ ਰਹੇ ਸਨ ਕਾਜ਼ਾਜ਼ਮ ਸਾਹਿਬ ਉਹਨਾਂ ਦੀ ਉਹਨਾਂ ਨੂੰ ਇੱਕ ਪੁਰਾਣੀ ਥੱਕੀ ਹੋਈ ਐਂਬੂਲੈਂਸ ਦੇ ਵਿੱਚ ਜਿਹਦੇ ਵਿੱਚ ਪੈਟਰੋਲ ਵੀ ਹੈ ਡੀਜ਼ਲ ਵੀ ਨਹੀਂ ਸੀ ਹੈਗਾ ਉਹ ਖੱਲੀ ਸੀ ਤੇ ਉਹ ਜਿਸ ਵੇਲੇ ਉਹਨਾਂ ਨੂੰ ਹਸਪਤਾਲ ਹੋਣਾ ਚਾਹੀਦਾ ਸੀ ਤੇ ਉਸ ਗੱਡੀ ਦਾ ਤੇਲ ਖਤਮ ਹੋ ਗਿਆ ਸੀ ਮੀਨ ਡੀਜ਼ਲ ਜਾਂ ਪੈਟਰੋਲ ਤੇ ਬਾਬਾ ਜੀ ਉਸ ਐਂਬੂਲੈਂਸ ਦੇ ਵਿੱਚ ਜਿਹੜੀ ਖਰਾਬ ਹੋ ਗਈ ਸੀ ਰਾਤ ਦੇ ਵਿੱਚ ਉਹਦੇ ਵਿੱਚ ਹੀ ਸੈਕ ਦੇ ਹੋਏ ਵਫਾਤ ਪਾ ਗਏ ਜਣ ਕੀ ਉਹ ਸੋਸ਼ਲ ਮੀਡੀਆ ਦਾ ਕਸੂਰ ਸੀ ਫਿਰ ਹਿੰਦੁਸਤਾਨ ਨੇ ਹਿੰਦੁਸਤਾਨ ਬਣਦੇ ਸਾਰੀ ਨਾਲ ਹੀ ਉਹਨਾਂ ਨੇ ਦੋ ਸਾਲਾਂ ਦੇ ਵਿੱਚ ਆਪਣਾ ਆئین ਬਣਾ ਲਿਆ ਤੇ ਤਿੰਨਾਂ ਸਾਢੇ ਤਿੰਨਾਂ ਸਾਲਾਂ 'ਚ ਉਹਨਾਂ ਪਹਿਲਾ ਜਨਰਲ ਇਲੈਕਸ਼ਨ ਮੇਰੇ ਖਿਆਲ 1951 'ਚ ਕਰਵਾ ਲਿਆ ਸੀ ਤੇ ਸਾਡੇ ਵਾਲੇ ਪਾਸੇ ਕੀ ਹੋਇਆ ਅਸੀਂ ਪਹਿਲਾ ਆئین ਆਪਣਾ 1956 'ਚ ਬਣਾਇਆ 1958 ਚ ਉਸ ਵੇਲੇ ਦੇ ਚੌਧਰੀ ਨizamuddin ਨੇ ਉਹਨੂੰ ਮੁਅਤਲ ਕਰਕੇ ਤੇ ਮਾਰਸ਼ਲ ਆ ਲਾ ਲਿਆ ਤੇ ਉਸ ਤੋਂ ਬਾਅਦ ਇੱਕ ਭੈੜਾ ਚੰਗਾ ਬਲਦੀਆਤੀ ਇਲੈਕਸ਼ਨ ਕਰਵਾਇਆ ਔਰ ਉਹਦੇ ਨਾਲ ਹੀ ਗਾਂ ਅਸੈਂਬਲੀਆਂ ਬਣਵਾ ਲਈਆਂ ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕਰਵਾਇਆ ਸੀ ਇਹ ਦੱਸੋ ਇਹ ਅਯੂਬ ਖਾਨ ਸਾਹਿਬ ਨੂੰ ਸੋਸ਼ਲ ਮੀਡੀਆ ਨੇ ਕਿਹਾ ਸੀ ਵੀ ਆਈ ਆئین ਮੁਅਤਲ ਕਰ ਤੇ ਜਨਰਲ ਇਲੈਕਸ਼ਨ ਨਾ ਕਰਵਾ ਅੱਛਾ ਉਸ ਤੋਂ ਬਾਅਦ 1965 ਦੀ ਜਨੂਰੀ ਦੇ ਵਿੱਚ ਜਿਸ ਵੇਲੇ ਫਾਤਿਮਾ ਜਨਾਬ ਸਾਹਿਬਾ ਇਲੈਕਸ਼ਨ ਲੜ ਰਹੀਆਂ ਸਨ ਉਸ ਵੇਲੇ ਸੋਸ਼ਲ ਮੀਡੀਆ ਤੇ ਨਹੀਂ ਸੀਗਾ ਪਰ ਦੂਜੇ মিডিਆ ਦੇ ਉੱਤੇ ਅਖਬਾਰਾਂ ਦੇ ਵਿੱਚ ਜਿਉਂ ਜਿੀਆਂ ਖਬਰਾਂ ਉਹਨਾਂ ਦੇ ਬਾਰੇ ਲਾਈਆਂ ਗਈਆਂ ਸੀ ਉਹ ਅਸੀਂ ਤੁਹਾਨੂੰ ਬਖਾ ਸਕਦੇ ਹਾਂ ਉਹਨਾਂ ਨੂੰ ਪਾਣੀ ਚੋਰ ਆਖਿਆ ਫਾਤਿਮਾ ਜਨਾਬ ਸਾਹਿਬਾ ਨੂੰ ਉਹਨਾਂ ਨੂੰ ਮੁਲਕ ਦੁਸ਼ਮਣ ਆਖਿਆ ਉਹਨਾਂ ਨੂੰ ਰਾਡਾ ਏਜੰਟ ਆਖਿਆ ਸੀਆਈਏ ਦਾ ਏਜੰਟ ਆਖਿਆ ਪਤਾ ਨਹੀਂ ਕਿਹਦਾ ਕਿਹਦਾ ਏਜੰਟ ਆਖਿਆ ਹਾਂ ਜੀ ਇਹ ਕਿੰਨੂੰ ਆਖਿਆ ਫਾਤਿਮਾ ਜਨਾਬ ਸਾਹਿਬਾ ਨੂੰ ਜਿਹੜੀਆਂ ਮਾਦਰੇ ਮਿਲਤ ਸਨ ਉਸ ਵੇਲੇ ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀ ਐ ਚੌਹੀਨ ਨizamuddin ਨੇ ਜਿਹੜਾ ਮੀਡੀਆ ਹੈ ਸੀ ਉਹਦੇ ਵਿੱਚੋਂ ਹੀ ਕੰਮ ਚਲਾਇਆ ਤੇ ਉਹਨਾਂ ਨੇ ਜਨਾਬ ਵਾਲਾ ਇੱਕ ਕਾਮਨੋਟੀ ਕਾ ਠੋਕ ਦਿੱਤਾ ਤੇ 1965 ਦਾ ਜਿਹੜਾ ਇਲੈਕਸ਼ਨ ਸੀ ਜਨਵਰੀ ਚ ਹੋਇਆ ਉਹ ਚੋਰੀ ਕਰ ਲਿਆ ਇੱਥੇ ਗੱਲ ਜਿਹੜੀ ਬੜੀ ਆਹਮ ਹੈ ਜਿਹੜੀ ਤੁਹਾਨੂੰ ਚੇਤੇ ਰੱਖਣ ਵਾਲੀ ਹੈ ਕਿ ਬੰਗਲਾਦੇਸ਼ ਬਣਿਆ ਤੇ ਉਹਦਾ ਜਿਹੜਾ ਲੀਡਰ ਸੀ ਸ਼ੇਖ ਮਜੀਬਉ ਰਹਿਮਾਨ ਉਹ ਵੀ ਉਸ ਵੇਲੇ ਕਿਉਂਕਿ ਉਸ ਵੇਲੇ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਸੀ ਉਹ ਵੀ ਫਾਤਮੰਜਨਾ ਵਾਲੇ ਪਾਸੇ ਸੀ ਪਰ ਜੋ ਕੁਝ ਅਸੀਂ ਫਾਤਿਮਾ ਜਨਾਹ ਨਾਲ ਕੀਤਾ ਗੁਜਰਾਣ ਵਾਲੇ ਦੇ ਇੱਕ ਉਸ ਵੇਲੇ ਦੇ ਸਿਆਸੀ ਲੀਡਰ ਜਿਹੜੇ ਨਨ ਲੀਗੀ ਨੇ ਇਸ ਵੇਲੇ ਵੀ ਮੰਨੇ ਪਰ ਮੰਨੇ ਉਹ ਇੱਕ ਮਾਜ਼ਰਤ ਦੇ ਨਾਲ ਕੁੱਤੀ ਦੇ ਗਲ ਦੇ ਵਿੱਚ ਲਾਲਟੈਨ ਪਾ ਕੇ ਜੀ ਹਾਂ ਤੇ ਉਹਨੂੰ ਇੱਕ ਸੋਟੀ ਦੇ ਨਾਲ ਇੱਕ ਛੜੀ ਨਾਲ ਡੰਡੇ ਨਾਲ ਪੂਰੇ ਸ਼ਹਿਰ ਦੇ ਵਿੱਚ ਮਾਰਦੇ ਫਿਰਦੇ ਰਹੇ ਔਰ ਉਹਨੂੰ ਪੁੱਛਦੇ ਰਹੇ ਕਿ ਦੱਸ ਹੁਣ ਈਯੂਬ ਖਾਨ ਦੇ ਖਿਲਾਫ ਇਲੈਕਸ਼ਨ ਲੜੇਂਗੀ ਮੈਂ ਇੰਨੀ ਕੀ ਗੱਲ ਤੁਹਾਨੂੰ ਦੱਸ ਸਕਦਾ ਹਾਂ ਕਿ ਫਾਤਿਮਾ ਜਨਾਹ ਸਾਹਿਬਾ ਦਾ ਜਿਹੜਾ ਇੰਤਖਾਬੀ ਨਿਸ਼ਾਨ ਸੀ ਉਹ ਲਾਲਟੈਂਸੀ ਤੇ ਉਸ ਸਿਆਸੀ ਲੀਡਰ ਨੇ ਕੁੱਤੀ ਦੇ ਕੁੱਤੀ ਦੇ ਗਲ ਦੇ ਵਿੱਚ ਇਹ ਕਿਉਂ ਪਾਇਆ ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਕੀ ਕਹਿਣਾ ਚਾਹੁੰਦਾ ਸੀ ਤੇ ਕਿਹਦੇ ਨਾਲ ਤਸ਼ਬੀਹ ਦੇਣਾ ਚਾਹੁੰਦਾ ਸੀ ਇਹ ਕੀ ਸਾਰਾ ਕੁਝ ਸੋਸ਼ਲ ਮੀਡੀਆ ਨੇ ਕਰਾਇਆ ਸੀ ਅੱਛਾ ਜੀ ਇਸ ਤੋਂ ਗਾਂ ਤੋਂ ਰਪੈਨੇ ਇਸ ਤੋਂ ਗਾਂ ਹੈ 1970 ਦੇ ਵਿੱਚ ਇਲੈਕਸ਼ਨ ਹੋਇਆ ਖੁਦਾ ਖੁਦਾ ਕਰਕੇ ਜਿਸ ਵੇਲੇ ਇਲੈਕਸ਼ਨ ਹੋਇਆ ਤੇ ਉਹਦੇ ਵਿੱਚ ਦਬਾ ਕੇ ਧਾਂਲੀ ਕੀਤੀ ਦਬਾ ਕੇ ਧਾਂਲੀ ਕੀਤੀ 100 100 ਜਿਹੜੀਆਂ 62 ਸੀਟਾਂ 60 160 62 ਸੀਟਾਂ ਮਿਲੀਆਂ ਸ਼ੇਖ ਮਜੀਬੁਰਹਿਮਾਨ ਨੂੰ ਤੇ 81 ਸੀਟਾਂ ہاں جی 81 ਸੀਟਾਂ ਪੁੱਟੋ ਸਾਹਿਬ ਨੂੰ ਮਿਲੀਆਂ ਤੇ ਉਹਨਾਂ ਕਹੇ ਜਿਹੜਾ ਟਾਕੇ ਜਾਏਗਾ ਉਹਦੀਆਂ ਲੱਤਾਂ ਤੋੜ ਦਿਆਂਗੇ ਉਹ ਸੋਸ਼ਲ ਮੀਡੀਆ ਨੇ ਕਰਾਇਆ ਸੀ ਸਰਕਾਰ ਉਹਦੇ ਨਾਲ ਚੌਧਰੀ ਨizamuddin ਰਲਿਆ ਸੀ ਪੂਰਾ ਬਿਲਕੁਲ ਯਾਇਆ ਖਾਨ ਸਾਹਿਬ ਪਹਿਲਾਂ ایوب ਖਾਨ ਸਾਹਿਬ ਬੇੜਾ ਘਰਕ ਕਰਕੇ ਮੁਲਕ ਦਾ 10-11 ਸਾਲ ਉਸ ਤੋਂ ਬਾਅਦ ਯਾਇਆ ਖਾਨ ਸਾਹਿਬ ਆ ਗਏ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਉੱਥੇ ਬਜਾਏ ਇਸ ਦੇ ਕੁਦਾ ਹੱਕ ਦਿੰਦੇ ਸ਼ੇਖ ਮਜੀਬੁਰ ਰਹਿਮਾਨ ਦਾ ਉਹ ਵੀ ਪਾਕਿਸਤਾਨੀ ਸੀ ਉਹਨਾਂ ਹੀ ਪਾਕਿਸਤਾਨੀ ਸੀ ਜਿੰਨੇ ਅਸੀਂ ਸਾਂ ਉਹਨੇ ਦੂनियां ਸੀਟਾਂ ਜਿੱਤੀਆਂ ਸਨ ਇਸ ਤੋਂ ਕਿ ਉਹਨੂੰ ਉਹਦਾ ਹੱਕ ਦਿੰਦੇ ਉਹਨੂੰ ਉੱਥੇ ਜਿਹੜਾ ਉਹ ਹਕੂਮਤ ਕਰਨ ਦਿੰਦੇ 160 ਸੀਟਾਂ ਦੇ ਨਾਲ ਪਾਕਿਸਤਾਨ ਤੇ ਉਹਨਾਂ ਆਖਿਆ ਜੀ ਤੈਨੂੰ ਕਿਸੇ ਸੂਰਤ ਹਕੂਮਤ ਨਹੀਂ ਦੇਣੀ ਉਹਨੂੰ ਬਾਰ-ਬਾਰ ਪ੍ਰੈਸ਼ਰ ਪਾ ਕੇ ਮਨਾਉਂਦੇ ਰਹੇ ਜਿਸ ਵੇਲੇ 25 ਮਾਰਚ ਆਖਰਕਾਰ 25 ਮਾਰਚ 1971 ਨੂੰ ਉਹ ਨਾ ਮੰਨਿਆ ਔਰ ਮੁਜ਼ਾਕਰਾਤ ਫੇਲ ਹੋਏ ਤੇ ਟਾਕੇ ਤੋਂ ਵਾਪਸ ਆਉਂਦੇ ਆਇਆ ਆਪਣਾ ਯਾਇਆ ਖਾਨ ਸਾਹਿਬ ਨੇ ਉੱਥੇ ਆਰਡਰ ਦੇ ਦਿੱਤਾ ਕਿ ਇੱਥੇ ਜਨਾਬ ਆਪਰੇਸ਼ਨ ਸਰਚਲਾਈਟ ਸ਼ੁਰੂ ਕਰ ਦਿਓ 25 ਮਾਰਚ 1971 ਨੂੰ ਆਪਰੇਸ਼ਨ ਸਰਚਲਾਈਟ ਉੱਥੇ ਜਿਹੜਾ ਸ਼ੁਰੂ ਹੁੰਦਾ ਫਿਰ ਉੱਥੇ ਲੋਕਾਂ ਨੂੰ ਫੜਿਆ ਜਾਂਦਾ شیخ ਮਜੀਬੁਰ ਰਹਿਮਾਨ ਨੂੰ ਉਤੋਂ ਗ੍ਰਿਫਤਾਰ ਕਰਕੇ ਤੇ ਇਧਰ ਲਿਆਂਦਾ ਜਾਂਦਾ ਮੀਆਂਵਾਲੀ ਪਹਿਲੇ ਫੈਸਲਾਬਾਦ ਤੇ ਫਿਰ ਮੀਆਂਵਾਲੀ ਦੀ ਜੇਲ੍ਹ ਚ ਰੱਖਿਆ ਜਾਂਦਾ ਫੈਸਲਾਬਾਦ ਕਿਸੇ ਕੱਪੜੇ ਦੇ ਕਾਰਖਾਨੇ ਦੇ ਗੋਦਾਮ ਚ ਪਹਿਲੇ ਰੱਖਿਆ ਜਾਂਦਾ ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕਰਾਇਆ ਸੀ ਏਰਾ ਆਪਰੇਸ਼ਨ ਸਰਚਲਾਈਟ ਕਰਕੇ ਤੇ ਉਥੇ ਆਪਣੇ ਲੋਕਾਂ ਦੇ ਉੱਤੇ ਪੂਰਾ ਤਸ਼ੱਦਦ ਕੀਤਾ ਤੇ ਨਫ਼ਰਤ ਦੀ ਫਜ਼ਾ ਬਣਾਈ ਉਹ ਸੋਸ਼ਲ ਮੀਡੀਆ ਨੇ ਕੀਤਾ ਸੀ ਸਾਰਾ ਕੁਝ ਬਹਾਲ ਉਹ ਕੀਤਾ ਉਹਦੇ ਨਾਲ ਲੋਕੀ ਹੋਰ ਖਿਲਾਫ ਹੋ ਗਏ ਸਾਡੇ ਫਿਰ 3 ਦਸੰਬਰ ਦਾ ਦਿਨ ਆਇਆ ਜਿਸ ਵੇਲੇ ਹਿੰਦੁਸਤਾਨ ਦੇ ਨਾਲ ਬਕਾਇਦਾ ਜੰਗ ਛਿੜ ਪਈ ਹਿੰਦੁਸਤਾਨ ਉਥੇ ਮਸ਼ਰਕੀ ਪਾਕਿਸਤਾਨ ਬੰਗਲਾਦੇਸ਼ ਵਾਲੇ ਪਾਸੇ ਇੰਟਰ ਹੋ ਗਿਆ ਔਰ ਫਿਰ 16 ਦਸੰਬਰ ਨੂੰ ਮੁਲਕ ਦੋ ਟੋਟੇ ਹੋ ਗਿਆ ਇਹ ਦੱਸੋ ਪਿਓ ਦੇ ਉਹ ਪੁੱਤਰੋ ਉਹ ਸੋਸ਼ਲ ਮੀਡੀਆ ਨੇ ਮੁਲਕ ਤੜਵਾਇਆ ਸੀ ਦੋ ਟੋਟੇ ਕਰਵਾਇਆ ਸੀ ਉਸ ਤੋਂ ਬਾਅਦ 20 ਤਾਰੀਖ ਨੂੰ ਇਹ 16 ਦਸੰਬਰ ਨੂੰ ਆਇਆ 20 ਤਾਰੀਖ ਨੂੰ ਪੁੱਟੋ ਸਾਹਿਬ ਨੂੰ ਸਦਰ ਬਣਾਤਾ ਔਰ ਉਹਨਾਂ ਨੇ ਸ਼ੇਖ ਮਜੀਬੁਰ ਰਹਿਮਾਨ ਨੂੰ ਵਾਪਸ ਘਰ ਦਿੱਤਾ ਉਸੇ ਸ਼ੇਖ ਮਜੀਬੁਰ ਰਹਿਮਾਨ ਨੂੰ ਜਿਹਨੂੰ ਗਦਾਰੀ ਦੇ ਵਿੱਚ ਬਗਾਵਤ ਦੇ ਵਿੱਚ ਫੜ ਕੇ ਅੰਦਰ ਕੀਤਾ ਹੋਇਆ ਸੀ ਬਰਅਲ ਸ਼ੇਖ ਮਜੀਬੁਰ ਰਹਿਮਾਨ ਵਾਪਸ ਜਾ ਕੇ ਆਪਣਾ ਲੀਡਰ ਬਣ ਗਿਆ ਮੁਲਕ ਦਾ ਤੇ ਸਾਡੇ ਨਾਲ ਜੋ ਹੋਇਆ ਤੁਸੀਂ ਵੇਖਿਆ ਹੀ ਗਾਂ ਪੁੱਟੋ ਸਾਹਿਬ ਤੁਰੇ 1973 ਦਾ ਆئین ਬਣਾਇਆ ਤੇ ਉਸ ਤੋਂ ਬਾਅਦ ਪੁੱਟੋ ਸਾਹਿਬ ਨੂੰ ਇੱਕ ਝਾਲੀ ਮੁਕਦਮੇ ਦੇ ਵਿੱਚ 4-5 ਜੱਜ ਥੱਲੇ ਹਾਈ ਕੋਰਟ ਦੇ ਤੇ ਉਹ ਥੱਲੇ ਤੁਹਾਨੂੰ ਪਤਾ ਹੀ 몰ਵੀ ਮੁਸ਼ਤਾਕ ਮਜ਼ੂਰ ਮਸ਼ਹੂਰ ਜ਼ਮਾਨਾ ਪਰ ਹਾਈ ਕੋਰਟ ਲਾਹੌਰ ਦਾ ਜਿਹੜਾ ਜੱਜ ਸੀ ਪਰ ਲੋਕੀ ਭੁੱਲ ਜਾਂਦੇ ਨੇ ਵੀ ਉੱਥੇ ਜਸਟਿਸ ਗੁਲਬਾਜ਼ ਵੀ ਸੀ ਤੇ ਉੱਥੇ ਜਸਟਿਸ ਕੁਰਾਇਸ਼ੀ ਵੀ ਸੀ ਤੇ ਉੱਥੇ ਜਸਟਿਸ ਜ਼ਕੀ ਵੀ ਸੀ ਉਹਨਾਂ ਚਾਰਾਂ ਨੇ ਮਿਲ ਕੇ ਥੱਲੇ ਫਾਇਲਾਤਾ ਉੱਤੇ ਵੀ ਚੌਧਰੀ ਇਨਤਜ਼ਾਮਦੀਨ ਨੇ ਇੰਤਜ਼ਾਮ ਕੀਤਾ ਹੋਇਆ ਸੀ ਉੱਤੇ ਚੀਫ ਜਸਟਿਸ ਅਨਵਾਰ ਔਲਖ ਸੀ ਜਿਵੇਂ ਅੱਜਕੱਲ ਕਾਜ਼ੀ ਫਾਜ਼ੀਜ਼ਾ ਸਾਹਿਬ ਨੇ ਉਹਨਾਂ ਦੇ ਨਾਲ ਜਸਟਿਸ ਕਰਮਲਾਈ ਚੋਹਾਨ ਸੀ ਜਸਟਿਸ ਅਕਰਮ ਸੀ ਤੇ ਜਸਟਿਸ ਨਸੀਮ ਅਜ਼ਨਸ਼ਾ ਸੀ ਇਹਨਾਂ ਸਾਰਿਆਂ ਨੇ ਉੱਤੇ ਫਾਇਲਾ ਕੇ ਤੇ ਉਹਨਾਂ ਨੂੰ ਫਾਇਲਾਤਾ ਇਹ ਪੁੱਟੋ ਸਾਹਿਬ ਨੂੰ ਝੂਠੇ ਕਤਲ ਦੇ ਕੇਸ ਦੇ ਵਿੱਚ ਸੋਸ਼ਲ ਮੀਡੀਆ ਨੇ ਫਸਾਇਆ ਸੀ 5 ਜੁਲਾਈ 1970 ਨੂੰ ਜਿਹੜੀ ਮਾਰਸ਼ਲ ਲਾਈ ਸੀ ਜ਼ਾਊਲਾਖ ਸਾਹਿਬ ਨੇ ਸੋਸ਼ਲ ਮੀਡੀਆ ਨਾਲ ਲਵਾਈ ਸੀ ਜਿਹੜੀ ਉਸ ਤੋਂ ਪਹਿਲੇ ਪੁੱਟੋ ਸਾਹਿਬ ਨੇ ਤਾਂ ਲਈ ਕੀਤੀ ਸੀ ਇਲੈਕਸ਼ਨ ਦੇ ਵਿੱਚ ਔਰ ਬਿਲਾ ਮੁਕਾਬਲਾ ਹੀ ਜਿੱਤ ਗਏ ਸਨ ਜਿਵੇਂ ਹੁਣ ਆਸਵਾ ਜ਼ਰਦਾਰੀ ਸਾਹਿਬਾ ਜਿੱਤੀਆਂ ਨੇ ਇਸੇ ਤਰੀਕੇ ਨਾਲ ਇਹ ਕਾਰ ਪੁੱਟੋ ਸਾਹਿਬ ਨੇ ਕੀਤੀ ਸੀ ਤੇ ਨਾਲ ਉਹਨਾਂ ਦੇ 19 ਹੋਰ ਬੰਦਿਆਂ ਨੇ ਕੀਤੀ ਸੀ ਉਹ ਮੈਨੂੰ ਦੱਸੋ ਉਹ ਸੋਸ਼ਲ ਮੀਡੀਆ ਨੇ ਕਰਾਈ ਸੀ ਅਚਾਖਰ ਫਟੋਸਾਬ ਨੂੰ फांसी ਲਾਤੀ ਇੱਥੇ ਹੀ ਕੰਮ ਨਹੀਂ ਰੁਕਿਆ ਹੁਣ ਉਸ ਜੇਲ੍ਹ ਦਾ ਡਿਪਟੀ ਜੇਲਰ ਦੱਸਦਾ ਹੈ ਕਿ ਉਹਨਾਂ ਦੀ ਲਾਸ਼ ਨੂੰ ਨੰਗਾ ਕਰਕੇ ਉਹਦੀ ਵੀਡੀਓ ਫਿਲਮ ਉਹ ਵੱਡੇ ਵੱਡੇ ਕੈਮਰੇ ਨਾਲ ਉਸ ਵੇਲੇ ਉਹਨਾਂ ਦੀ ਵੀਡੀਓ ਫਿਲਮ ਤੇ ਤਸਵੀਰਾਂ ਖਿੱਚੀਆਂ ਗਈਆਂ ਉਹ ਸੋਸ਼ਲ ਮੀਡੀਆ ਲਈ ਕੀਤਾ ਗਿਆ ਜਦੋਂ ਉਦੋਂ ਤੇ ਸੋਸ਼ਲ ਮੀਡੀਆ ਹੈ ਹੀ ਨਹੀਂ ਸੀ ਤੁਹਾਡਾ ਹੀ ਮੀਡੀਆ ਸੀ ਜਨਾਬ ਉਦੋਂ ਤੁਸੀਂ ਸੋਸ਼ਲ ਮੀਡੀਆ ਤੋਂ ਬਹਰਾਲ ਇਹ ਮੈਨੂੰ ਦੱਸੋ ਵੀ ਜਾਲਮ ਕੀ ਐ ਸੀ ਗੱਲ ਲਿਖਦਾ ਸੀ ਜਿਹੜਾ ਉਹਦੇ ਲਿੱਤਰ ਮਾਰੇ ਜਾਂਦੇ ਸਨ ਬਾਰ ਬਾਰ ਉਹਦੀ ਕੰਡ ਤੇ ਲਿੱਤਰ ਮਾਰੇ ਜਾਂਦੇ ਸਨ ਉਹਨਾਂ ਨੂੰ ਪੜ ਕੇ ਉਹਦੀ ਕੰਡ ਕਾਲੀ ਕਰ ਦਿੱਤੀ ਸੀ ਮਾਰ ਮਾਰ ਕੇ ਉਹ ਸੋਸ਼ਲ ਮੀਡੀਆ ਚਲਾਉਂਦਾ ਸੀ ਜਲਬ ਸਾਹਿਬ ਇਹ ਮੈਨੂੰ ਦੱਸੋ ਵੀ ਫੈਜ਼ अहमद ਫੈਜ਼ ਸਾਹਿਬ ਜਿਹੜੇ ਸਨ ਉਹ ਸੋਸ਼ਲ ਮੀਡੀਆ ਚਲਾਉਂਦੇ ਸਨ ਉਹਨਾਂ ਨੂੰ ਜੇਲਾ ਵਿੱਚ ਰੱਖਦੇ ਸੋ ਅਹਿਮਦ ਫਰਾਜ਼ ਨੂੰ ਜੇਲਾ ਵਿੱਚ ਰੱਖਦੇ ਸੋ ਸੋਸ਼ਲ ਮੀਡੀਆ ਚਲਾਉਂਦੇ ਸਨ ਬੜੇ ਬੜੇ ਐ ਚੌਧਰੀ ਗੁਲਾਮ ਸਿੰਘ ਸਾਹਿਬ ਵਰਗੇ ਬੰਦੇ ਜਿਹੜੇ ਨੇ ਇਹਨਾਂ ਨੂੰ ਜਿਹੜੇ ਕਿਲਿਆਂ ਦੇ ਵਿੱਚ ਰੱਖਦੇ ਸੋ ਪਾ ਕੇ ਕੈਦੀ ਬਣਾ ਕੇ ਤੇ ਉੱਥੇ ਇਹਨਾਂ ਨੂੰ ਲਾਠੀਆਂ ਮਾਰਦੇ ਸੋ ਇਹ ਸੋਸ਼ਲ ਮੀਡੀਆ ਚਲਾਉਂਦੇ ਸਨ ਇਹ ਬੇਸ਼ਰਮੀ ਦੀ ਇੰਤਹਾ ਹੈ ਤੇ ਵੇਖੋ ਉਹਦੇ ਵਿੱਚ ਰਲੇ ਹੋਏ ਨੇ ਸਾਡੀ ਬਾਜੀ ਸਰਕਾਰੀ ਹਾਜ਼ਨਰ ਵਰਗੇ ਲੋਕ ये है कि सोशल सोशल मीडिया मीडिया कसूर एक भरपूर ताकत है जो कि पाकिस्तान तरीके इंसाफ की है जिससे पाकिस्तान की कोई और सियासी जमाते वो ना तो सोशल मीडिया के ऊपर उनका उतना अबूर है ना उनका इतना होल्ड है ना उनका इतना काबू है ना उनका कंट्रोल है बल्कि अगर देखा जाए तो पाकिस्तान तहरीक इंसाफ और बाकी जो सारी सियासी जमातें हैं वो मुकाबले में भी आ जाए यहां तक कि अगर इस्टेबलिशमेंट का भी अपना कोई विंग है वो भी मुकाबले पे आ जाए तो तहरीक इंसाफ के सोशल मीडिया विंग को कोई मात नहीं दे सकता यही पाकिस्तान तहरीक इंसाफ की असल ताकत है यही वो क़ुवत है जो कि विद पैसेज ऑफ टाइम पिछले कुछ सालों से पाकिस्तान तहरीक इंसाफ ने बढ़ाई है बढ़ाते बढ़ाते यहां तक वो लेके आए हैं कि अब ये एक नई एसटैबलिशमेंट का रूप धार चुकी है हुआ क्या है और होगा क्या इसके ऊपर थोड़ा सा मैं बताऊंगी ये बाजी हाजन को पूछे भी है जो कुछ पाकिस्तान के ना रहा मैं जंगिया तस्वीर नुसरत भुट्टो साहबा दरहूमान दिया, दिया और बेनजीर भुट्टो दिड़िया शहीद दियाँ जिड़िया नंगियां जाली जाली सन वो तस्वीर मीन झूठिया तस्वीर सन पर नंगिया तस्वीर हैलीकॉप्टर तो सुटिया सन नवाज शरीफ साहब ने मैंने दसो ओ सोशल मीडिया ने काम किया ਇਮਰਾਨ ਖਾਨ ਦੀ ਬੇਗਮ ਤੇ ਟਾਇਲੈਂਡ ਦਾ ਝੂਠਾ ਕੇਸ ਬਣਾਇਆ ਸੀ ਉਹ ਸੋਸ਼ਲ ਮੀਡੀਆ ਨੇ ਕੀਤਾ ਸੀ ਲੋਕਾਂ ਦੀ ਕੈਰੈਕਟਰ ਅਸੈਸਿਨੇਸ਼ਨ ਕਰਨਾ ਤੇ ਉਹਨਾਂ ਦੇ ਉੱਤੇ ਮਜ਼ਬੀ ਫਤਵੇ ਝੂਠੇ ਲਵਾਉਣਾ ਇਹ ਸੋਸ਼ਲ ਮੀਡੀਆ ਨੇ ਕੀਤਾ ਸੀ ਸੋਸ਼ਲ ਮੀਡੀਆ ਤੇ ਹੁਣ ਆਇਆ ਨਾ ਚੰਦ ਬਰੇ ਪਹਿਲਾਂ ਇਹ ਪਾਕਿਸਤਾਨ ਦੇ ਉੱਤੇ ਜਿਹੜਾ ਕਰਜ਼ਾ ਹੈ ਜਿਹੜਾ ਹੁਣ ਵਧਦਾ ਜਾ ਰਿਹਾ ਹੈ ਤੇ ਹੁਣ ਅਸੀਂ ਸਿਰਫ ਕਰਜ਼ੇ ਦੇ 120 ਅਰਬ ਡਾਲਰ ਵਾਪਸ ਕਰਨੇ ਨੇ ਅਗਲੇ 5 ਸਾਲਾਂ ਵਿੱਚ ਇਹ ਸੋਸ਼ਲ ਮੀਡੀਆ ਨੇ ਕੀਤਾ ਹੋਇਆ ਹੈ ਐਡੇ ਲੰਡਨ ਚ ਅਪਾਰਟਮੈਂਟ ਬਣੇ ਨੇ ਤੇ ਕਤਰੀ ਖਤਾਂ ਦੇ ਥਰੂ ਸਾਰਾ ਪੈਸਾ ਗਿਆ ਤੇ ਉਂਟਾਂ ਦੇ ਉੱਤੇ ਉਹਨਾਂ ਤੁਸਾਂ ਸਾਨੂੰ ਦੱਸਿਆ ਸੀ ਮੈਮੋਗੇਟ ਤੇ ਉਹ ਸਾਰਾ ਕੁਝ ਜਿਹੜਾ ਉਹ ਸੋਸ਼ਲ ਮੀਡੀਆ ਨੇ ਕੀਤਾ ਹੋਇਆ ਐ ਜਿਹੜੀ ਵਾਰ ਅਗੇਂਸ ਟੈਰਰ ਦੇ ਵਿੱਚ ਅਸੀਂ ਗਏ ਤੇ ਉਸ ਤੋਂ ਬਾਅਦ ਪੂਰੇ ਮੁਲਕ ਦੀ ਕਿੜਤਲੀਆਂ ਉਡਾ ਕੇ ਰੱਖ ਦਿੱਤੀਆਂ ਇਹ ਮੈਨੂੰ ਦੱਸੋ ਇਹ ਸੋਸ਼ਲ ਮੀਡੀਆ ਨੇ ਕੀਤਾ ਸੀ ਸਾਰਾ ਕੁਝ ਕੁਝ ਸ਼ਰਮ ਕਰੋ ਕੁਝ ਹਇਆ ਕਰੋ ਇਹ ਪਾਕਿਸਤਾਨ ਦੀ ਜਿਹੜੀ ਯੂਥ ਹੈ ਉਹਦੇ ਪਿੱਛੇ ਪੈ ਗਏ ਜੇ ਹੁਣ ਡਾਕਟਰ ਫੀਜ਼ ਪਾਸ਼ਾ ਦੱਸਣ ਦੇ ਆ ਕਿ 1 ਕਰੋੜ ਬੰਦਾ ਸਿਰਫ ਐਸੇ ਸਾਲ ਗੁਰਬਤ ਦੀ ਲਕੀਰ ਤੋਂ ਥੱਲੇ ਚਲੇ ਜਾਣਾ ਇਹ ਸੋਸ਼ਲ ਮੀਡੀਆ ਨੇ ਕੀਤਾ ਹੈ ਲੋਕੀ ਐਸ ਵੇਲੇ ਰੋਟੀ ਤੋਂ ਤੰਗ ਨੇ ਲੋਕਾਂ ਕੋਲ ਰੋਟੀ ਖਾਣ ਨੂੰ ਨਹੀਂ ਹੈਗੀ ਐਸ ਵੇਲੇ ਆਪਣੀਆਂ ਜਾਨਾਂ ਲੈ ਰਹੇ ਨੇ ਜ਼ਿੰਦਗੀਆਂ ਲੈ ਰਹੇ ਨੇ ਆਪਣੀਆਂ ਤੇ ਆਪਣੇ ਬੱਚਿਆਂ ਦੀਆਂ ਇਹ ਸੋਸ਼ਲ ਮੀਡੀਆ ਦੇ ਵਜ੍ਹਾ ਤੋਂ ਹੋ ਰਿਹਾ ਹੈ ਅੱਜ ਵੇਲੇ ਪੈਟਰੋਲ 300 ਰੁਪਏ ਲੀਟਰ ਹੋਇਆ ਔਰ ਉਹਨੂੰ ਉਹ ਲਾਂਡੇ ਲਪਾੜੇ ਵਰਗੇ ਜਿਹੜੇ ਦੱਸਦੇ ਨਹੀਂ ਪੀ ਹੁਣ ਮਹਿੰਗਾ ਹੋਇਆ ਇਮਰਾਨ ਖਾਨ ਦੇ ਜ਼ਮਾਨੇ ਚ 118 ਰੁਪਏ ਪੈਟਰੋਲ ਸੀ ਤੇ ਸਾਰੇ ਬਸ ਮਰਨ ਨੂੰ ਫਿਰਦੇ ਸਨ ਪੀ ਇਹ ਇੱਥੇ ਪਤਾ ਨਹੀਂ ਕਿੰਨੀ ਕਿ ਮਹਿੰਗਾਈ ਹੋ ਗਈ ਹੈ 118 ਵਾਲਾ ਜਿਹੜਾ ਉਹ ਮਹਿੰਗਾ ਸੀ ਤੇ 300 ਰੁਪਏ ਵਾਲਾ ਜਿਹੜਾ ਉਹ ਸਸਤਾ 3900 ਰੁਪਏ ਤੇ ਤੁਸੀਂ ਕਣਾਂ ਖਰੀਦਣ ਡੈ ਹੋ ਜੀ ਵੀਦਾਰ ਕੋ ਖਰਚਾ ਉਹਦਾ 6000 ਰੁਪਇਆ ਹੋਣ ਡਿਆ ਕਿਲੇ ਦੇ ਉੱਤੇ ਤੇ ਤੁਸੀਂ ਗਾਂਵ ਤੋਂ ਕੋਲ ਖਰੀਦਣਾ ਵੀ ਨਹੀਂ ਚਾਹੁੰਦੇ ਪੰਜਾਬ ਗਵਰਨਮੈਂਟ ਇਹ ਸੋਸ਼ਲ ਮੀਡੀਆ ਨੇ ਕਰਾਇਆ ਸਾਰਾ ਪੁਲਿਸ ਨੇ ਜ਼ਿਲ੍ਹੇ ਸ਼ਾਹ ਨੂੰ ਮਾਰ ਦਿੱਤਾ ਅਰਸ਼ ਸ਼ਰੀਫ ਨੂੰ ਸ਼ਹੀਦ ਕਰ ਦਿੱਤਾ ਸਾਰਾ ਕੁਝ ਸੋਸ਼ਲ ਮੀਡੀਆ ਨੇ ਕਰਾਇਆ ਰੌਲਾ ਸੋਸ਼ਲ ਮੀਡੀਆ ਦਾ ਨਹੀਂ ਹੈਗਾ ਹਾਬੀਬ ਝਾਲਬ ਕੋਲ ਸੋਸ਼ਲ ਮੀਡੀਆ ਨਹੀਂ ਸੀ ਹੈਗਾ ਅਹਿਮਦ ਫਰਾਜ਼ ਕੋਲ ਫੈਜ਼ ਅਹਿਮਦ ਫੈਜ਼ ਕੋਲ ਸੋਸ਼ਲ ਮੀਡੀਆ ਨਹੀਂ ਸੀ ਹੈਗਾ ਮਾਦਰ-ਏ-ਮਿੱਲਤ ਕੋ ਸੋਸ਼ਲ ਮੀਡੀਆ ਨਹੀਂ ਸੀ ਹੈਗਾ ਸ਼ੇਖ ਮਜੀਬੁਰ ਰਹਿਮਾਨ ਕੋਲ ਸੋਸ਼ਲ ਮੀਡੀਆ ਨਹੀਂ ਸੀ ਹੈਗਾ ਰੌਲਾ ਤੁਹਾਨੂੰ ਸੋਚ ਨਾਲ ਹੈ ਸੋਚ ਨਾਲ ਜੇਦੀ ਆਜ਼ਾਦ ਸੋਚ ਹੋਏਗੀ ਉੱਥੋਂ ਮੌਤ ਪੈਂਦੀ ਹੈ ਤੁਹਾਨੂੰ ਜਿਹੜਾ ਸੋਚੇਗਾ ਉਹ ਬੋਲੇਗਾ ਉਹ ਜਿਹੜਾ ਸੋਚੇਗਾ ਉਹ ਹੀ ਕੂਏ ਬੋਲੇਗਾ ਨਾ ਜਾਲਬ ਸੋਚਦਾ ਸੀ ਤੇ ਲਿਖਦਾ ਸੀ ਹਬੀਬ ਜਾਲਬ ਸੋਚਦਾ ਸੀ ਤੇ ਲਿਖਦਾ ਸੀ ਫੈਜ਼ अहमद ਫੈਜ਼ ਸੋਚਦਾ ਸੀ ਲਿਖਦਾ ਸੀ ਅਹਿਮਦ ਫਰਾਜ਼ ਸੋਚਦਾ ਸੀ ਲਿਖਦਾ ਸੀ ਫਾਤਿਮਾ ਜਨਾ ਸੋਚਦੇ ਸਨ ਤੇ ਉਹ ਸਿਆਸਤ ਚਾਹੇ ਔਰ ਉਹ ਗੱਲ ਕਰਨਾ ਚਾਹੁੰਦੇ ਸਨ ਸ਼ੇਖ ਮੁਜੀਬੁਰ रहमान ਨਾਲ ਵੀ ਤੁਸੀਂ ਇਹੀ ਕੀਤਾ ਜਿਹੜਾ ਜਿਹੜਾ ਸੋਚਦਾ ਹੈ ਆਜ਼ਾਦ ਸੋਚ ਰੱਖਦਾ ਹੈ ਉਹ ਤੁਹਾਨੂੰ ਜਿਹੜਾ ਭੈੜਾ ਲੱਗਦਾ ਹੈ ਤੇ ਉਹਦੇ ਪਿੱਛੇ ਸਾਰੇ ਲੱਠ ਲੈ ਕੇ ਪੈ ਗਏ ਨੇ ਇਹ ਸਰਕਾਰੀ ਹਾਜਨ ਸਾਹਿਬ ਆ ਉਸ ਵੇਲੇ ਹੱਜ ਕੀਤਾ ਸਰਕਾਰੀ ਪੈਸਿਆਂ ਦੇ ਉੱਤੇ ਬਾਅਦ ਦੇ ਵਿੱਚ ਮਤੀਉਲਾ ਜਾਨ ਨੇ ਜਿਸ ਵੇਲੇ ਇੰਟਰਵਿਊ ਲਿਆ ਤੇ ਆਂਦੀ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਸਰਕਾਰੀ ਪੈਸਾ ਨਾ ਐਡੀ ਤੂੰ ਕਿਤੇ ਚੂਚੀ ਮੇਰੀ ਬਾਜੀ ਰੋਟੀ ਤੂੰ ਕਰਨ ਚ ਪਾਉਣੀ ਹੈ ਤੂੰ ਤੇ ਤੇਰੇ ਬੰਦੇ ਨੇ ਪ੍ਰਾਪਰਟੀਆਂ ਬਣਾਈਆਂ ਨੇ ਇਹੋ ਜੇ ਥਾਵਾਂ ਤੇ ਜਿੱਥੇ ਤੂੰ ਕਿਰਾਏ ਤੇ ਘਰ ਨਹੀਂ ਸੀ ਲੈ ਸਕਦੀ ਮੇਰੀ ਭੈਣ ਆਪਕੋ ਪਤਾ ਹੈ ਕਿ ਇਸ ਹੱਜ ਕੇ ਉੱਪਰ ਜੋ ਸਾਫੀਆਂ ਤੇ ਖਰਚਾ ਆਇਆ ਹੈ 7 ਲੱਖ ਰਿਆਲ ਸੇ ਜ਼ਿਆਦਾ ਦਾ ਅਭੀ ਤੱਕ ਉਸ ਦੀ ਅਦਾਇਗੀ ਨਹੀਂ ਹੋਈ और जाते दाखिला से कहा जा रहा है कि जिन सहाफियों ने हज किया उनसे वसूली की जाए तो अब आप कैसा महसूस करती हैं पीआईए के ऊपर आप में... लोग स्टोरीज करते हैं हाँ। पी आई की करप्शन के ऊपर लेकिन पीआईए का किराया तक कि आप लोग अदानी करते हैं मुफ्त की सवारी करते हैं हज करते हैं और फिर आप कहते हैं मुझे कोई कोई नहीं नहीं है है बार बार ये बात कहूंगी कि अगर मैंने प्लॉट लिए हैं तो मैं जरूर उसके ऊपर अच्छा प्लॉट लेना गलत है बिल्कुल हज करना जायज है सरकारी पैसे आवाम के पैसे जो सैलाब के हैं उनको एक एक रुपए को तरस रहे हैं और आप जो है लाखों रुपए का हज इसलिए मुफ्त में ना मैं बिल्कुल मैं आपको ये बात कह रही हूँ की अगर आप मुझे बात करने की इजाजत दें तो आप मुझ मैं आपको ये एक्सप्लेन जरूर करना चाहती हूँ कि मैं आपसे बार बार ये बात कर रही हूँ कि अगर मुझे ये इल्म होता कि ये इस तरह है तो मैं शायद अवॉइड करती हूँ आप काश उन पे भी सवाल करते जो कि प्लॉट लेते हैं काश आप उन सवाल करते जो कि एजेंसियों और पॉलिटिकल पार्टीज के स्पोक्स पर्सन है काश आप उन पर भी सवाल करते क्योंकि वो बड़ा क्राइम करते हैं इस क्राइम की सजा में भुगतने को तैयार हूँ ऐसा हो रहा है बिल्कुल हो आप इस बात की गवाही देती है की साफी काम कर रहे हैं क्या आप नहीं देते आप इस बात की गवाही देती है क्या आप नहीं देते आप नाम लेंगे ऐसे साफी बिल्कुल ही जो ऐसा करते हैं बिल्कुल ही ਤੇ ਏਡੀ ਤੂੰ ਕਿਤੇ ਸਾਦਾ ਵੀ ਤੈਨੂੰ ਪਤਾ ਹੀ ਨਹੀਂ ਵੀ ਤੂੰ ਸਰਕਾਰੀ ਰੁਪਈਆਂ ਦੇ ਉੱਤੇ ਹੱਜ ਕੀਤਾ ਓ ਰੁਪਈਏ ਸਰਕਾਰੀ ਜਿਹੜੇ ਆਮ ਬੇਵਾ ਯਤੀਮਾ ਮਸਕੀਨਾ ਦਾ ਮਾਲ ਹੈ ਉਹ ਉਸ ਪੈਸੇ ਦੇ ਉੱਤੇ ਸਰਕਾਰੀ ਹੱਜ ਕੀਤਾ ਤੋ ਉਸ ਤੋਂ ਕਹਾ ਮੈਨੂੰ ਪਤਾ ਹੀ ਨਹੀਂ ਲੱਗਾ ਸਾਰੇ ਹੀ ਕਰਦੇ ਨੇ ਇਸ ਲਈ ਮੈਂ ਵੀ ਕੀਤਾ ਸੀ ਬੱਲੇ ਓ ਸ਼ੇਰ ਬੱਗੀਏ ਇਹ ਹੁਣ ਇਹਨਾ ਆਖਦੀ ਮੇਰੀ ਭੈਣ ਵੀ ਸ਼ੇਰ ਬੱਗੀਏ ਕੋਈ ਪੈੜੀ ਗੱਲ ਹੈ ਇਹ ਪੰਜਾਬੀ ਦਾ ਇੱਕ ਤਰੀਕਾ ਹੈ ਗੱਲ ਕਰਨ ਦਾ ਬਹਰਲ ਗੱਲ ਇਹ ਹੈ ਕਿ ਇਹ ਸੋਸ਼ਲ ਮੀਡੀਆ ਦੇ ਪਿੱਛੇ ਲੱਠ ਲੈ ਕੇ ਪਏ ਨੇ ਆੰਦ ਨੇ ਜੀ ਇਹ ਪੀਟੀਆਈ ਦਾ ਝੜਾ ਵੀ ਇਹ ਨਾ ਸਾਰਾ ਕੋਈ ਸੋਸ਼ਲ ਮੀਡੀਆ ਬਸ ਤੁਹਾਡੇ ਕੋ ਸੋਸ਼ਲ ਮੀਡੀਆ ਨਹੀਂ ਹੈਗਾ ਇੱਕੋ ਟੂਟੀ ਹੈ ਜਿਹੜੀ ਪੀਟੀਆਈ ਤੁਹਾਡੇ ਵਾਰੀ ਬੰਦ ਕਰ ਦਿੰਦੀ ਮੈਨੂੰ ਦੱਸੋ ਵੀ ਸੋਸ਼ਲ ਮੀਡੀਆ ਕੋ ਐਸੀ ਐਸਾ ਕੋਈ ਪੱਖਾ ਹੈ ਜਿਹਦੀ ਪਿੱਛੋਂ ਤਾਰ ਖਿੱਚ ਕੇ ਭੱਜ ਜਾਂਦੇ ਪੀਟੀਆਈ ਵਾਲੇ ਜਿਹਨੂੰ ਤੁਸੀਂ ਚਲਾਉਣਾ ਚਾਹੁੰਦੇ ਹੋ ਤੁਹਾਡੇ ਕੋ ਨਹੀਂ ਚੱਲਦਾ ਇਹ ਬਾਜੀ ਮਰੀਮ ਨੇ ਸੋਸ਼ਲ ਮੀਡੀਆ ਨਹੀਂ ਚਲਾਉਣ ਦੀ ਕੋਸ਼ਿਸ਼ ਕੀਤੀ ਘਰ ਘਰ ਗਈ ਹੈ ਤੇ ਖੱਜਲ ਹੋਈ ਹੈ ਉਲਟੀ ਮੇਰੀ ਬਾਜੀ ਉਹਨੇ ਨਹੀਂ ਸੋਸ਼ਲ ਮੀਡੀਆ ਚਲਾਉਣ ਦੀ ਕੋਸ਼ਿਸ਼ ਕੀਤੀ ਹਰ ਥਾਂ ਤੇ ਕਲਿੱਪ ਬਣ ਰਹੇ 10 10 ਕੈਮਰੇ ਵਾਲੇ ਸਭ ਕੁ ਕਰਕੇ ਨਹੀਂ ਵੇਖਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕੀ ਕੁਝ ਨਹੀਂ ਬਣਾਇਆ ਨਵਾਜ਼ ਸ਼ਰੀਫ ਸਾਹਿਬ ਦੀਆਂ ਉਹ ਤਾਨਸੈਨਰਕੀਆਂ ਤਸਵੀਰਾਂ ਬਣਾ ਬਣਾ ਛੱਡਦੇ ਰਹੇ ਸੋਸ਼ਲ ਮੀਡੀਆ ਦੇ ਉੱਤੇ ਉਹ ਦਾ ਕੀ ਹੋਇਆ ਉਲਟੇ ਲਿੱਤਰ ਪਏ ਨੇ ਇਹ ਬਾਜੀ ਜੀ ਸੋਸ਼ਲ ਮੀਡੀਆ ਇੱਕ ਪਲੈਟਫਾਰਮ ਹੈ ਜਿਹੜਾ ਸਾਰਿਆਂ ਦੇ ਕੋਲ ਹੈ ਤੁਹਾਡੇ ਕੋਲ ਵੀ ਹੈ ਟਵਿੱਟਰ ਅਕਾਊਂਟ ਤੁਹਾਡੇ ਕੋਲ ਵੀ ਹੈ ਤੇ ਮੇਰੇ ਕੋਲ ਵੀ ਹੈ ਜੇ ਸੱਚ ਲਿਖੋਗੇ ਤੇ ਲੋਕੀ ਉਹਦੀ ਸਤਾਇਸ਼ ਕਰਨਗੇ ਤੇ ਜੇ ਝੂਠ ਲਿਖੋਗੇ ਤੇ ਫਿਰ ਲੋਕੀ ਉਸੇ ਸੋਸ਼ਲ ਮੀਡੀਆ ਤੇ ਲਿੱਤਰ ਮਾਰਦੇ ਨੇ ਬੰਦੇ ਨੂੰ ਇਦੀ ਮਿਸਾਲ ਮੈਂ ਸਰਕਾਰੀ ਹਾਜਣ ਸਾਹਿਬਾ ਤੁਹਾਨੂੰ ਇਦਾਂ ਹੀ ਦਿੰਨਾ ਹੈ ਕਿ ਇਸ ਵੇਲੇ ਵੀ ਮੁਲਕ ਦੇ بڑے بڑے ਮੰਨੇ ਪਰਮੰਨੇ ਚੋਰ ਜਿਹੜੇ ਨੇ ਉਹ ਕਿਉਂਕਿ ਉਹਨਾਂ ਕੋ ਕੋ ਰੁਪਈਏ ਨੇ ਤੇ ਉਹਦੇ ਨਾਲ ਟਿਕਟਾਂ ਖਰੀਦ ਕੇ ਇਸ ਵੇਲੇ ਉਮਰਾ ਕਰਨ ਡਏ ਨੇ ਤੁਹਾਨੂੰ ਲੱਗਦਾ ਉਹਨਾਂ ਦੇ ਉਮਰੇ ਕਬੂਲ ਹੋ ਜਾਣੇ ਨੇ ਖੁਦਾ ਗਵਾਏ ਉਹਨਾਂ ਦੇ ਉਮਰੇ ਕਬੂਲ ਨਹੀਂ ਹੋ ਸਕਦੇ ਇਹ ਮੈਂ ਕੋਈ ਮذਬੀ ਫਤਵਾ ਨਹੀਂ ਦੇ ਰਿਹਾ ਪਰ ਮੇਰਾ ਜ਼ਮੀਰ ਮੇਰਾ ਦਿਲ ਕਹਿੰਦਾ ਉਹਦੀ ਵਜ੍ਹਾ ਚੋਰੀ ਦੇ ਪੈਸੇ ਨਾਲ ਗਏ ਨੇ ਤੇ ਜਿਹੜਾ ਗਰੀਬ ਘਰ ਬੈਠੇ ਸੈਕੰਡ ਆ ਨਾ ਜਿਹਦੇ ਕੋਲ ਜਿਹਦੇ ਕੋਲ ਦਵਾਈ ਨਹੀਂ ਹੈਗੀ ਵੀ ਉਹ ਦਮੇ ਦਾ ਇਨਹਲਰ ਹੀ ਲੈ ਲੈ ਜਿੰਦ ਕੋ ਦਵਾਈ ਨਹੀਂ ਕੇ ਆਪਣੇ ਆਪਣੀ ਮਾਂ ਦੇ ਹੀ ਆਪਣੇ ਪਿਓ ਦੇ ਗੁਰਦੇ ਸਾਫ਼ ਕਰਾ ਲੇ ਜਿਹੜਾ ਹੈਲਥ ਕਾਰਡ ਵੀ ਤੁਸਾਂ ਬੰਦ ਕਰ ਦਿੱਤਾ ਹੈ ਜੇ ਤੇ ਉਹ ਪਹਿਲਾਂ ਕਰਵਾਉਂਦਾ ਸੀ ਉਹਦਾ ਉਮਰਾ ਨਹੀਂ ਉਹਦੀ ਘਰ ਬੈਠਿਆ ਨਮਾਜ਼ ਦਾ ਹੀ ਰੱਬ ਨੇ ਉਮਰੇ ਤੋਂ ਬਹੁਤ ਉਹਨੂੰ ਸਵਾਬ ਦੇ ਦੇਣਾ ਇਸੇ ਤਰੀਕੇ ਨਾਲ ਬਾਜੀ ਸਾਹਿਬ ਆ ਇਹ ਤੁਸੀਂ ਸਰਕਾਰੀ ਹੱਜਣ ਸੋ ਹੱਜ ਤੇ ਤੇ ਜਾ ਸਕਦੇ ਹੋ ਸਰਕਾਰੀ ਪੈਸਿਆਂ ਦੇ ਨਾਲ ਉੱਥੇ ਅੱਪੜ ਸਕਦੀ ਹੈ ਪਰ ਉਹ ਕਬੂਲ ਹੋਣਾ ਕਿ ਨਹੀਂ ਮੇਰੀ ਭੈਣ ਨੇ ਰੱਬ ਨੇ ਫੈਸਲਾ ਕਰਨਾ ਹੈ ਇਸੇ ਤਰੀਕੇ ਨਾਲ ਮੇਰੀ ਭੈਣ ਸੋਸ਼ਲ ਮੀਡੀਆ ਸਾਰਿਆਂ ਕੋਲ ਹੈ ਪਰ ਜਿਹੜਾ ਸੱਚ ਲਿਖੇਗਾ ਉਹਦੀ ਗੱਲ ਹੀ ਦਿਲ ਚ ਉਤਰੇਗੀ ਬੁੱਲੇ ਸ਼ਾਹ ਨੇ ਕੀ ਸੋਸ਼ਲ ਮੀਡੀਆ ਤੇ ਲਿਖਿਆ ਸੀ ਜਿਹੜਾ ਅੱਜ ਤੱਕ ਲੋਕ ਬੁੱਲੇ ਦਾ ਨਾਂ ਲੈ ਕੇ ਨੱਚਦੇ ਫਿਰਦੇ ਨੇ ਉਹਨੇ ਸੱਚ ਦੀ ਗੱਲ ਕੀਤੀ ਸੀ ਜਿਹੜੀ ਇਥੋਂ ਕੰਨਾਂ ਚੋਂ ਵੱੜ ਕੇ ਦਿਮਾਗ ਤੇ ਉੱਥੋਂ ਦਿਲ ਤੱਕ ਪਹੁੰਚੀ ਸੀ ਹੁਣ ਵੀ ਮੇਰੀ ਇਹ ਭੈਣੇ ਬੰਦੇ ਦੀ ਪੁੱਤਰ ਬਣ ਸਿੱਧੇ ਕੰਮ ਕਰ ਜੇ ਜ਼ਮੀਰ ਸਹੀ ਥਾਂ ਤੇ ਲਾਏਗੀ ਆਪਣਾ ਜ਼ਮੀਰ ਵੇਚਣਾ ਬੰਦ ਕਰ ਦੇਗੀ ਚਾਰ ਟੱਕਿਆਂ ਦੇ ਉੱਤੇ ਤੇ ਅੱਜ ਤੇਰਾ ਵੀ ਸੋਸ਼ਲ ਮੀਡੀਆ ਚੱਲੇਗਾ ਲੋਕ ਤੈਨੂੰ ਵੀ ਸੁਣਨਗੇ ਤੇ ਨੂੰ ਵੀ ਲੱਖਾਂ ਲੋਕ ਸੁਣਨਗੇ ਤੇਰੀ ਗੱਲ ਸੁਣਨਗੇ ਅੱਜ ਲੋਕਾਂ ਲੱਖਾਂ ਲੋਕ ਇਮਰਾਨ ਖਾਨ ਨਾਲ ਕਿਉਂ ਪਿਆਰ ਕਰਦੇ ਨੇ ਤੁਹਾਨੂੰ ਲੱਗਦਾ ਉਹਦੇ ਕੋਲ ਸੋਸ਼ਲ ਮੀਡੀਆ ਹੈ ਉਹ ਤੇ ਮਰੀਮ ਬਾਜੀ ਕੋਲ ਵੀ ਹੈ ਤੁਹਾਨੂੰ ਦੱਸਿਆ ਉਹ ਵੀ ਉਹਨੇ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਬਲਾਵਲ ਭਾਈ ਕੋਲ ਵੀ ਹੈ ਉਹਨਾਂ ਦਾ ਕਿਉਂ ਨਹੀਂ ਚੱਲਦਾ ਉਹ ਗੱਲ ਇਹ ਹੈ ਕਿ ਇਮਰਾਨ ਖਾਨ ਨੇ ਇਸ ਸਾਰਾ ਵਕਤ ਦੇ ਵਿੱਚ ਗਰੀਬ ਦੇ ਨਾਲ ਖਲੋਣ ਦੀ ਇੱਕ ਠੋਕੇ ਗਰੀਬ ਦੇ ਨਾਲ ਖਲੋਤਾ ਹੈ ਗੰਨੇ ਦੇ ਪੈਸੇ ਪੂਰੇ ਲੈ ਕੇ ਦਿੱਤੇ ਕਣਕ ਦੀ ਫਸਲ ਦੇ ਪੈਸੇ ਪੂਰੇ ਟਾਈਮ ਨਾਲ ਉਹਨਾਂ ਨੂੰ ਲੱਭੇ ਉਹਨਾਂ ਨੂੰ ਝਾੜ ਵੀ ਪੂਰਾ ਲੱਭਿਆ 4.4 ਦੇ ਉੱਤੇ ਜ਼ਰਾਤ ਨੇ ਗਰੋ ਕੀਤਾ ਜਿਹੜਾ ਮਾੜਾ ਮਜ਼ਦੂਰੀ ਕਰਨ ਗਿਆ ਉਹਨੂੰ ਰੋਟੀ ਵੀ ਫ੍ਰੀ ਕਰਾਉਣ ਦੀ ਕੋਸ਼ਿਸ਼ ਕੀਤੀ ਲੰਗਰ ਖਾਨਿਆਂ ਤੋਂ ਤੇ ਨਾਲ ਪਨਾਹਗਾਵੇਂ ਬਣਾਈਆਂ ਤੁਸੀਂ ਉਹਦਾ ਮਜ਼ਾਕ ਉਡਾਇਆ ਫੇਰ ਉਹਨੇ ਪਿੰਡਾਂ ਦੀ ਜਿਹੜੀ ਇਕਨੋਮੀ ਨੂੰ ਸਮਝਿਆ ਕਿ ਉੱਥੇ ਜਿਹੜੀ ਝੋਟੀ ਬੱਚੀ ਹੈ ਉਹ ਕਿਸੇ ਦੇ ਕੋਲ ਹੋਏਗੀ ਕੋ ਚਾਰ ਸੇ ਦੁੱਧ ਵੇਚ ਕੇ ਆਪਣਾ ਢਿੱਡ ਭਰ ਲੇਗਾ ਆਪਣੇ ਬੱਚਿਆਂ ਦਾ ਢਿੱਡ ਭਰ ਲੇਗਾ ਉਹਨੇ ਲੋਕਾਂ ਨੂੰ ਉਹ ਦੇਣ ਦੀ ਗੱਲ ਕੀਤੀ ਤੁਸੀਂ ਆਖਿਆ ਕੱਟਾ ਪ੍ਰੋਗਰਾਮ ਹੈ ਮਜ਼ਾਕ ਉਡਾਇਆ ਹੁਣ ਤੁਹਾਡਾ ਆਪਣਾ ਲਾਈਵਸਟਾਕ ਦਾ ਜਿਹੜਾ ਡਿਪਾਰਟਮੈਂਟ ਆਂਦਾ ਦੁਬਾਰਾ ਕੱਟਾ ਪ੍ਰੋਗਰਾਮ ਸ਼ੁਰੂ ਕਰਨਾ ਹੈ ਇਹ ਹੁਣ ਬਾਜੀ ਜਿਹੜੀ ਹੈ ਇਹ ਕੋਈ ਇਹ ਕੋਈ ਮਾਰਸ ਤੋਂ ਲਿਆ ਕੇ ਕਟੀਆਂ ਦੇਏਗੀ ਇਹ ਬਾਜੀ ਨੇ ਕੋਈ ਕਟੀਆਂ ਜਿਹੜੀਆਂ ਨੇ ਉਹ ਸਪੈਸ਼ਲ ਬਣਾਈਆਂ ਨੇ ਜਿਨ੍ਹਾਂ ਦੇ ਉੱਤੇ ਆਸਾ ਨਹੀਂ ਆਉਣਾ ਤੁਹਾਨੂੰ ਸਾਡੇ ਬਾਰੇ ਤੇ ਬੜਾ ਹੱਸਦੇ ਸੋ ਐਕਵਾਮ ਮਤਲਬ ਆਵੇ ਜਾਂ ਦੁਨੀਆ ਦਾ ਕੋਈ ਵੀ ਧਾਰਾ ਹੋਵੇ ਆਂਦਾ ਹੈ ਕਿ ਇਹ ਸਭ ਤੋਂ ਆਸਾਨ ਤਰੀਕਾ ਹੈ ਗੁਰਬਤ ਖਤਮ ਕਰਨ ਦਾ ਜਦੋਂ ਲੋਕਾਂ ਨੂੰ ਡੰਗਰ ਦਿੰਦੇ ਹੋ ਉਹ ਪਾਲ ਕੇ ਉਹਨਾਂ ਦਾ ਦੁੱਧ ਛੁੱਧ ਵੇਚਦੇ ਨੇ ਹੋਰ ਆਪਣੀ ਆਪਣਾ ਗੋਸ਼ਟ ਆਂਡੇ ਉਹਨਾਂ ਨੂੰ ਉੱਥੋਂ ਲੱਭਦੇ ਨੇ ਜਿਹੜਾ ਵੀ ਕੋ ਮੁਰਗੀ ਹੋਵੇ ਜਾਂ ਘੱਟਾ ਹੋਵੇ ਆਪਣੀ ਬੱਚੀ ਹੋਵੇ ਝੋਟੀ ਹੋਵੇ ਜੋ ਵੀ ਸ਼ੈ ਉਹਦੇ ਚ ਉਹਨਾਂ ਦਾ ਕੋਈ ਨਾ ਕੋਈ ਗੁਜ਼ਰਬਸਰ ਬਣਦੀ ਹੈ ਲੇਕਿਨ ਐਡੇ ਕਿ ਤੁਸੀਂ ਕੋ ਬੇਸ਼ਰਮ ਹੋ ਇਡਿਕ ਬਿਸ਼ਰਮ ਹੋ ਕਿ ਉਹ ਉਹ ਕਿਸੇ ਬਿਸ਼ਰਮਾਂ ਦੀ ਦਾਲ ਡੁੱਲ ਗਈ ਨਾ ਤੇ ਕਿਸੇ ਨੇ ਕਿਹਾ ਤੁਹਾਡੀ ਦਾਲ ਦਾਲ ਡੁੱਲ ਗਈ ਉਹਨਾਂ ਨੇ ਕਿਹਾ ਕੋਈ ਨਹੀਂ ਅਸੀਂ ਡੋਲ ਡੋਲ ਗਈ ਖਾਣੇ ਇਹਨਾਂ ਦੀ ਹਾਲਤ ਉਹ ਹੈ ਤੇ ਸਰਕਾਰੀ ਹਾਜਣ ਸਾਹਿਬ ਸਾਰਿਆਂ ਤੋਂ ਅੱਗੇ ਨਿਕਲੀ ਇਹ ਦੇਖੋ ਬਜਾਏ ਇਸ ਦੇ ਕਿ ਇਹਨੂੰ ਸਮਝ ਆਵੇ ਵੀ ਸੋਸ਼ਲ ਮੀਡੀਆ ਸਾਰਿਆਂ ਕੋਲ ਹੈ ਇਹ ਸੱਚ ਹੈ ਬਿਆਨੀਆਂ ਹੈ ਸੱਚ ਹੈ ਕੰਟੈਂਟ ਨੂੰ ਅੰਗਰੇਜ਼ੀ ਚ ਕਹਿੰਦੇ ਨੇ ਉਹ ਕੰਮ ਦੀ ਗੱਲ ਲਿਖੋਗੇ ਸਦੀਆਂ ਪਹਿਲਾਂ ਤੁਹਾਨੂੰ ਤੁਹਾਨੂੰ ਨਹੀਂ ਬੜੇ ਸਾਰੇ ਲੋਕੀ ਜਿਹੜੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਉਹ ਬਾਬਾ ਫਰੀਦ ਸ਼ਕਰਗੰਜ ਜੀ ਤੇ ਬਾਬਾ ਫਰੀਦ ਜਿਹੜੇ ਨੇ ਇੱਕ ਸ਼ਾਇਰ ਨੇ ਉਹਨਾਂ ਨੂੰ ਮਿਕਸ ਕਰਦੇ ਨੇ ਗੁਲਾਮ ਫਰੀਦ ਜਿਹੜੇ ਸ਼ਾਇਰ ਨੇ ਉਧਰ ਸਰਾਇਕੀ ਬੈਲਟ ਦੇ ਉਹ ਹੋਰ ਨੇ ਬਾਬਾ ਫਰੀਦ ਸ਼ਕਰਗੰਜ ਹੋਰ ਨੇ ਤੇ ਜਿਹੜੇ ਗੁਲਾਮ ਫਰੀਦ ਸਾਹਿਬ ਨੇ ਉਹਨਾਂ ਦੀਆਂ ਜਿਹੜੀਆਂ ਕਾਫੀਆਂ ਨੇ ਉਹਨਾਂ ਦੀ ਜਿਹੜੀ ਸੂਫੀ ਪੋਇਟਰੀ ਹੈ ਉਹਨੂੰ ਅੱਜ ਤੱਕ ਕੋਈ ਭੁੱਲ ਸਕਦਾ ਹੈ ਇਸੇ ਤਰੀਕੇ ਬਾਬੇ ਬੁਲੇਸ਼ਾਨ ਨੂੰ ਭੁੱਲਦਾ ਹੈ हीर लव स्टोरीयां ਨਾਵਲ ਤੇ ਪਤਾ ਨਹੀਂ ਕਿੰਨੇ ਕਿੰਨੇ ਲਿਖ ਚੜੇ ਨੇ ਲੇਕਿਨ ਜੋ ਵਾਰਿਸ ਸ਼ਾਹ ਨੇ ਹੀਰ ਲਿਖ ਚੜੀ ਹੈ ਉਹ ਕੋ ਭੁੱਲਦਾ ਤੇ ਬੀਬੀ ਇਹ ਸੋਸ਼ਲ ਮੀਡੀਆ ਨਹੀਂ ਹੈ ਤੁਹਾਡੀ ਕਰਤੂਤ ਹੈ ਜਿਹਦੀ ਵਜ੍ਹਾ ਤੋਂ ਤੁਹਾਨੂੰ ਲਿੱਤਰ ਪੈਂਦੇ ਨੇ ਤੇ ਆਪਣੇ ਆਪ ਨੂੰ ਠੀਕ ਕਰੋ ਇਜਾਜ਼ਤ ਦਿਓ ਰੱਬ ਰੱਖਾ